ਤਸਵੀਰਾਂ ਸੰਗਰੂਰ ਦੇ ਦਿਲਬਾ ਦੀਆਂ ਹਨ, ਜਿੱਥੇ ਕਿ ਇੱਕ ਸਕੇ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਹੈ। ਵੱਡੇ ਭਰਾ ਨੇ ਛੋਟੇ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ। 38 ਸਾਲ ਦੇ ਹਰਜਿੰਦਰ ਸਿੰਘ ਨੇ 32 ਸਾਲ ਦੇ ਛੋਟੇ ਸਕੇ ਭਰਾ ਦੀ ਹੱਤਿਆ ਕੀਤੀ ਹੈ, ਜਿਸ ਦੇ ਵਿੱਚ ਮ੍ਰਿਤਕ ਸੁਖਵਿੰਦਰ ਸਿੰਘ, ਜੋ ਕਿ ਸਾਬਕਾ ਟਰੱਕ ਯੂਨੀਅਨ ਦਾ ਪ੍ਰਧਾਨ ਸੀ, ਉਸਦੀ ਮੌਤ ਹੋਈ ਹੈ। ਵਾਰਦਾਤ ਤੋਂ ਬਾਅਦ ਦਿਲਬਾ ਇਲਾਕੇ ਦੇ ਵਿੱਚ ਸਨਸਨੀ ਦਾ ਮਾਹੌਲ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਭਰਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਾਰੀ ਵਾਰਦਾਤ ਸੰਬੰਧੀ DSP ਪ੍ਰੀਤ ਸਿੰਘ ਚਾਹਲ ਨੇ ਹੋਰ ਜਾਣਕਾਰੀ ਦਿੱਤੀ। ਸਰ, ਇੱਕ ਦਿਲਬਾ ਦੇ ਵਿੱਚ ਮਰਡਰ ਹੋਇਆ ਸਰ ਜੀ, ਕੀ ਨਾਮ ਸੀਗਾ ਜੀ ਲੜਕੇ ਦਾ, ਕੀ ਬੈਕਗ੍ਰਾਉਂਡ ਸੀ ਸਰ? ਇੱਕ ਜੀ ਸੁਖਵਿੰਦਰ ਸਿੰਘ ਏਲੀਅਸ DC ਨਾਂ ਦਾ ਬੰਦਾ ਹੈਗਾ ਜੀ, ਜਿਹਦੇ ਫਾਦਰ ਦਾ ਨਾਮ ਜਰਨੈਲ ਸਿੰਘ ਹੈ। ਉਹਦੇ ਭਰਾ ਨੇ ਕੱਲ੍ਹ ਮਰਡਰ ਕਰਿਆ, ਜਿਹਦੇ ਸੰਬੰਧ ਦੇ ਵਿੱਚ ਅਸੀਂ FIR ਨੰਬਰ 201 ਅੰਡਰ ਸੈਕਸ਼ਨ 103 ਅਤੇ 25-27 ਆਰਮਸ ਐਕਟ ਅਸੀਂ ਰਜਿਸਟਰ ਕੀਤੀ ਹੈ ਜੀ। ਸਾਨੂੰ ਜਿਹੜੀ ਸਟੇਟਮੈਂਟ ਲਿਖਾਈ ਗਈ ਹੈ ਫਾਦਰ ਵੱਲੋਂ, ਉਹਦੇ ਵਿੱਚ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਇਹਨਾਂ ਦਾ ਆਪਸ 'ਚ ਜ਼ਮੀਨ ਦੇ ਬਟਵਾਰੇ ਨੂੰ ਲੈ ਕੇ ਕੱਲ੍ਹ ਇਕੱਠ ਹੋਇਆ ਸੀਗਾ ਘਰ, ਅਤੇ ਜਿਹਦੇ ਦੌਰਾਨ ਇਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਹੋ ਗਿਆ, ਤੂੰ ਮੈਂ ਹੋ ਗਈ, ਅਤੇ ਜਿਸ ਦੌਰਾਨ ਇਹ ਜਿਹੜਾ ਦੋਸ਼ੀ ਹੈਗਾ ਹਰਜਿੰਦਰ ਸਿੰਘ, ਉਹਨੇ ਇੱਕ ਰਾਈਫਲ ਤੋਂ ਇੱਕ ਫਾਇਰ ਕਰਿਆ ਉਹਦੀ ਛਾਤੀ ਦੇ ਵਿੱਚ, ਜਿਹਦੇ ਨਾਲ ਉਹਦੀ ਮੌਤ ਹੋ ਗਈ। ਸਰ, ਇਹ ਜਿਹੜਾ ਅਸਲਾ ਚਲਾਇਆ ਗਿਆ ਜੀ, ਇਹ ਲਸਣ ਸੀ ਇਹਨਾਂ ਦਾ ਆਪਣਾ ਸੀਗਾ ਜੀ? ਇਹ ਜੀ ਹਲੇ ਵੈਰੀਫਾਈ ਕਰ ਰਹੇ ਹਾਂ ਅਸੀਂ। ਸਾਨੂੰ ਮੌਕੇ ਤੋਂ ਇੱਕ ਖੋਲ ਮਿਲਿਆ ਜਿਹੜਾ ਕਿ ਇੱਕ ਰਾਈਫਲ ਦਾ ਖੋਲ ਤਸਦੀਕ ਹੋਇਆ, ਅਤੇ ਬਾਕੀ ਅਸੀਂ ਇਹਨੂੰ ਫਰਦਰ ਹੋਰ ਵੈਰੀਫਾਈ ਕਰਕੇ ਜਿਹੜਾ ਵੀ ਵੈਪਨ ਯੂਜ਼ ਹੋਇਆ ਉਹ ਵੀ ਰਿਕਵਰ ਕਰਾਂਗੇ ਅਤੇ ਦੋਸ਼ੀ ਨੂੰ ਵੀ ਜਲਦ ਤੋਂ ਜਲਦ ਫੜਾਂਗੇ ਜੀ। ਸਰ, ਇਹਦੇ ਵਿੱਚ ਜਿਹੜਾ ਮ੍ਰਿਤਕ ਹੈਗਾ ਜੀ ਸੁਖਵਿੰਦਰ ਸਿੰਘ, ਉਹਦੀ ਬੈਕਗ੍ਰਾਉਂਡ ਸਰ ਕੀ ਹੈ, ਪਹਿਲਾਂ ਕੋਈ ਮਾਮਲੇ ਵਗੈਰਾ ਵੀ ਦਰਜ ਹੈਗੇ ਜੀ? ਬਿਲਕੁਲ ਜੀ, ਸੁਖਵਿੰਦਰ ਸਿੰਘ 'ਤੇ ਕਰੀਬ 12 ਪਰਚੇ ਰਜਿਸਟਰਡ ਨੇ ਜੀ ਪਹਿਲਾਂ, ਅਤੇ ਵੱਖ ਵੱਖ ਸੈਕਸ਼ਨ ਅੰਡਰ ਸੈਕਸ਼ਨ ਉਹਦੇ 'ਤੇ ਪਰਚੇ ਰਜਿਸਟਰਡ ਨੇ, ਅਤੇ ਇਹ ਉਹਦਾ ਬੈਕਗ੍ਰਾਉਂਡ ਹੈ ਜੀ। ਸਰ, ਬਿਆਨ ਕਿਹਦੇ ਦਰਜ ਕੀਤੇ ਗਏ ਨੇ ਜੀ, ਕਿਹਦੇ ਬਿਆਨ? ਇਹਨਾਂ ਦੇ ਫਾਦਰ 'ਤੇ ਬਿਆਨ 'ਤੇ ਹੋਇਆ ਜੀ, ਜਰਨੈਲ ਸਿੰਘ ਦੇ ਬਿਆਨ। ਮੁੰਡੇ ਦਾ ਨਾਮ ਜੀ ਸੁਖਵਿੰਦਰ ਸਿੰਘ ਸੀ, ਸਨ ਆਫ ਜਰਨੈਲ ਸਿੰਘ, ਅਤੇ ਇਹ ਮੁੰਡਾ ਜਿਹੜਾ ਹੈਗਾ ਕਰੀਬ 32 ਸਾਲ ਦੀ ਉਮਰ ਸੀ ਇਹਦੀ। ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ, ਪੰਜਾਬ ਟੂਡੇ।